ਬਈ ਇੱਕ ਅਖੀਰਲਾ ਸਵਾਲ ਇਸ ਤੋਂ ਹਟ ਕੇ ਕਰ ਸਕਦਾ ਮੈਂ, ਇਹ ਸਾਈਨ ਸਮਝਦੇ ਹੋ ਤੁਸੀਂ? ਇਲੂਮੀਨਾਟੀ? ਦਲਜੀਤ ਨਾਲ ਬੜਾ ਚੱਲਦਾ ਇਸ ਵਾਰ, ਨਸੀਬ ਤਾਂ ਦਲਜੀਤ ਆਹਮਣੇ ਸਾਹਮਣੇ ਹੋਏ ਨੇ। ਕਹਿੰਦੇ ਸਿੱਖ ਕੌਮ ਵੀ ਖਤਰੇ 'ਚ ਆ ਜਿਸ ਤਰੀਕੇ ਨਾਲ ਦਲਜੀਤ ਇਹ ਸਾਈਨ ਨਾਲ ਉਹ ਇਲੂਮੀਨਾਟੀਆਂ ਨਾਲ ਕਹਿੰਦੇ ਸੁਸਾਇਟੀ ਦੇ ਨਾਲ ਜੁੜ ਗਿਆ, ਕਹਿੰਦੇ ਮੈਂਬਰ ਬਣ ਗਿਆ, ਕਹਿੰਦੇ ਖਤਰਾ ਹੈ ਕਹਿੰਦੇ ਆਉਣ ਵਾਲੇ ਸਮੇਂ ਦੇ ਲਈ। ਦੇਖੋ ਜਿਹੜੇ ਮਾੜੇ ਲੋਕ ਉਹਨਾਂ ਲਈ ਖਤਰੇ ਹੋਣਗੇ, ਤੁਸੀਂ ਸੋਚ ਚੰਗੀ ਰੱਖੋ, ਵਿਚਾਰ ਸ਼ੁੱਧ ਰੱਖੋ, ਵਿਹਾਰ ਸ਼ੁੱਧ ਰੱਖੋ, ਪਰਮਾਰਥ ਸ਼ੁੱਧ ਹੋ ਜਾਊਗਾ। ਤੁਹਾਡਾ ਵਿਚਾਰ ਸ਼ੁੱਧ ਹੋਣਾ ਚਾਹੀਦਾ, ਤੁਹਾਡਾ ਵਿਚਾਰ ਉੱਚਾ ਹੋਣਾ ਚਾਹੀਦਾ, ਸਾਨੂੰ ਕੋਈ ਖਤਰਾ ਨਹੀਂ ਕਿਸੇ ਤੋਂ। ਇਹ ਤਾਂ ਇੱਕ ਡਰਾਉਣ ਦੀਆਂ ਗੱਲਾਂ ਨੇ, ਸਿੱਖਾਂ ਨੂੰ ਉਹੀ ਭਰਮ ਜਾਲ 'ਚ ਫਸਾਉਣ ਦੀਆਂ ਗੱਲਾਂ ਨੇ। ਮੈਂ ਪਹਿਲਾਂ ਦੱਸਿਆ ਕਿਸੇ ਸਿਆਸੀ ਜਮਾਤਾਂ ਦੁਆਰਾ ਬਣਾਈਆਂ ਹੋਈਆਂ ਕੁਰਸੀਆਂ ਨੂੰ ਖਤਰਾ ਹੋ ਸਕਦਾ, ਗੁਰੂ ਵੱਲੋਂ ਬਣਾਈ ਹੋਈ ਕੌਮ ਨੂੰ ਕੋਈ ਖਤਰਾ ਨਹੀਂ। ਹਾਂ, ਚਿੰਤਾ ਦੀ ਲੋੜ ਨਹੀਂ, ਚਿੰਤਨ ਦੀ ਲੋੜ ਹੁੰਦੀ ਹੈ, ਹਮੇਸ਼ਾ ਚਿੰਤਨ ਕਰਨਾ ਚਾਹੀਦਾ। ਪਰ ਸਾਡੇ ਕੋਲ ਉਹ ਚਿੰਤਨ ਕਰਨ ਵਾਲੇ ਰੋਸ਼ਨ ਦਿਮਾਗ ਆਗੂ ਹੀ ਹੈ ਨਹੀਂ, ਜਿਹੜੇ ਬੈਠ ਕੇ ਮਸਲਿਆਂ ਦੇ ਹੱਲ ਦੇ ਲਈ ਹੱਲ ਕੱਢ ਸਕਣ। ਹੁਣ ਜਿਵੇਂ ਮੈਂ ਚਾਹੁੰਦਾ ਸੀ ਵੀ ਫਰੀਦਕੋਟ ਸੀਟ ਆ, ਉੱਥੇ ਵੀ ਸਿੱਖ ਸਾਡਾ ਭਰਾ ਖੜਾ ਸਰਬਜੀਤ ਸਿੰਘ ਵੱਲੋਂ, ਪੰਥਕ ਪਰਿਵਾਰ ਦਾ ਸਪੁੱਤਰ ਹੈ, ਉੱਥੇ ਅਕਾਲੀ ਦਲ ਦਾ ਵੀ ਕੈਂਡੀਡੇਟ ਨਾ ਹੁੰਦਾ, ਉੱਥੇ ਮਾਨ ਸਾਹਿਬ ਦਾ ਵੀ ਨਾ ਹੁੰਦਾ। ਪਰ ਕਿਸੇ ਨੇ ਇਹ ਗੱਲ ਬਹਿ ਕੇ ਕਰਨ ਲਈ ਯਤਨ ਹੀ ਨਹੀਂ ਕੀਤੇ, ਸੁਹਿਰਦ ਵੀ ਸਿਰ ਜੋੜੀਏ ਬੈਠੀਏ। ਖਡੂਰ ਸਾਹਿਬ ਤੋਂ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਚਾਹੀਦਾ ਸੀ ਜੇ ਅਕਾਲੀ ਦਲ ਸੱਚੀ ਮੁੱਚੀ ਪੰਥਕ ਸੀ, ਅਤੇ ਅਕਾਲੀ ਦਲ ਮਾਨ ਸਾਹਿਬ ਦੇ ਖਿਲਾਫ਼ ਵੀ ਨਾ ਕੈਂਡੀਡੇਟ ਉਤਾਰਦੇ। ਬਈ ਅਸੀਂ ਤਾਂ ਦਲਜੀਤ ਹੀ ਕਰਦੇ ਹਾਂ ਆਪਾਂ ਗੱਲ, ਇੱਕ ਮਿੰਟ। ਜਿਵੇਂ ਹੁਣ ਦਲਜੀਤ ਦਾ ਕਹੀ ਜਾਂਦਾ ਕਿ ਨਸੀਬ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਦਲਜੀਤ ਚੱਲ ਰਿਹਾ, ਮੂਵ ਹੋ ਰਿਹਾ, ਵੱਡੇ ਵੱਡੇ ਸ਼ੋਅ ਲਾ ਰਿਹਾ, ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਅਜਿਹੇ ਸਟਾਰ ਸੀਗੇ ਜੋ ਇਲੂਮੀਨਾਟੀ ਨਾਲ ਜੁੜ ਗਏ, ਉਹਨਾਂ ਦਾ ਹਿੱਸਾ ਬਣ ਗਏ, ਉਹ ਸਟੇਜਾਂ ਦੇ ਉੱਤੇ ਕੱਪੜੇ ਲਾ ਲਾ ਕੇ ਨੱਚਦੇ ਨੇ। ਦੇਖੋ ਉਹ ਪਰਫੋਰਮ ਤਾਂ ਕਰ ਰਿਹਾ ਨਾ ਯਾਰ, ਹੁਣ ਤੁਸੀਂ ਉਹ ਪੱਗ ਬੰਨ੍ਹ ਕੇ ਪਰਫੋਰਮ ਕਰ ਰਿਹਾ ਸਟੇਜ 'ਤੇ, ਤੁਸੀਂ ਇੱਕ ਨੈਗੇਟਿਵ ਪੱਖ ਨੂੰ ਚੱਕਣ ਦੀ ਕੋਸ਼ਿਸ਼ ਬਜਾਏ ਇੱਕ ਪੋਜ਼ਿਟਿਵ ਪੱਖ ਕਿਉਂ ਨਹੀਂ ਦੇਖਿਆ ਜਾਂਦਾ ਵੀ ਇੱਕ ਸਰਦਾਰ ਆ, ਜਿੱਥੇ ਉਹ ਕੋਈ ਪੰਜਾਬੀ ਹੋਰ ਗਿਆ ਨਹੀਂ ਉੱਥੇ ਜਾ ਕੇ ਪਰਫੋਰਮ ਕਰ ਰਿਹਾ, ਉੱਥੇ ਜਾ ਕੇ ਪੰਜਾਬ ਦੀ ਦਸਤਾਰ ਦੀ ਗੱਲ ਕਰ ਰਿਹਾ। ਬਿਲਕੁਲ, ਤਾਂ ਪੋਜ਼ਿਟਿਵ ਪੱਖ ਤਾਂ ਇਹ ਵੀ ਹੈ ਨਾ, ਨੈਗੇਟਿਵਿਟੀ ਹੀ ਕਿਉਂ ਫੈਲਾਉਣੀ ਆਪਾਂ? ਨੈਗੇਟਿਵ ਗੱਲ ਹੀ ਆਪਾਂ ਚੂਜ ਐਂਡ ਪਿੱਕ ਵਾਲਾ ਮਸਲਾ ਫਿਰ ਆਪਣਾ, ਜੇ ਕੋਈ ਇਸ ਗੱਲ ਨੂੰ ਚੱਕ ਰਿਹਾ ਚੱਕੀ ਜਾਣ ਦਿਓ, ਪਰ ਉੱਥੇ ਜਾ ਕੇ ਉਹ ਇਹ ਥੋੜ੍ਹੀ ਹੈ ਵੀ ਇਕੱਲਾ ਐਂ ਸਾਈਨ ਬਣਾ ਕੇ ਹਿੱਟ ਹੋ ਰਿਹਾ ਲੋਕਾਂ ਨੂੰ ਖੁਸ਼ ਕਰ ਰਿਹਾ, ਉੱਥੇ ਪਰਫੋਰਮ ਤਾਂ ਕਰ ਹੀ ਰਿਹਾ ਨਾ ਉਹ, ਲੋਕਾਂ ਦੀ ਗੱਲ ਤਾਂ ਕਰ ਰਿਹਾ ਨਾ, ਸਾਡੀ ਕਮਿਊਨਿਟੀ ਰੀਪ੍ਰਜੈਂਟ ਕਰ ਰਿਹਾ ਉਹ ਨਾ ਸਾਡੀ, ਕਿਤੇ ਉਹ ਇਹ ਥੋੜ੍ਹੀ ਹੈ ਵੀ ਵਾਲ ਖਿਲਾਰ ਕੇ ਬੈਠਾ ਉੱਥੇ ਜੇ ਨੰਗੇ ਸਰਕਾਈ ਜਾਂਦਾ, ਕਿਤੇ ਨਾ ਕਿਤੇ ਗੱਲ ਇਸ ਦਾ ਸਮਝਣ ਵਾਲੀ ਹੈ ਵੀ ਦਸਤਾਰ ਸਿਰ 'ਤੇ ਸਜਾ ਕੇ ਸੋਹਣੀ, ਸਾਡੀ ਦਸਤਾਰ ਦੀ ਅਹਿਮੀਅਤ ਨੂੰ ਜਿੱਥੇ ਤੱਕ ਨਹੀਂ ਸੀ ਉੱਥੇ ਵੀ ਲੈ ਕੇ ਜਾ ਰਿਹਾ ਗੁਰੂਆਂ ਦੀ ਦਸਤਾਰ, ਮੈਨੂੰ ਨਹੀਂ ਲੱਗਦਾ ਉਹ, ਕਿਉਂਕਿ ਮੈਨੂੰ ਪਤਾ ਉਹ ਧਾਰਮਿਕ ਪ੍ਰਵਿਰਤੀ ਵਾਲਾ ਬੰਦਾ ਹੈ ਜੁੜਿਆ ਹੋਇਆ। ਹਾਂ, ਮੈਨੂੰ ਨਹੀਂ ਲੱਗਦਾ ਕਿ ਉਹ ਇਹੋ ਜਿਹੇ ਤਾਂ ਅਫਵਾਹਾਂ ਨੇ। ਜਦੋਂ ਇਹ ਸਾਡੇ ਲੱਗੇ ਹੋਇਆ ਦਲਜੀਤ ਦੇ, ਇਹ ਸਾਡੇ ਪੰਜਾਬੀਆਂ ਨੂੰ ਇੱਕ ਬੜੀ ਬਿਮਾਰੀ ਆ, ਇਹ ਆਰਟਿਸਟਾਂ ਨੂੰ ਖਾਸ ਤੌਰ 'ਤੇ, ਕਿ ਜਦੋਂ ਦੂਜੇ ਵਰਗਾ ਬਣਿਆ ਨਹੀਂ ਨਾ ਜਾਂਦਾ ਫਿਰ ਉਹ ਨਿੰਦਣਾ ਭੰਡਣਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਉਹਦੇ ਨਾਲ ਵਧੀਆ ਬਣੋ ਯਾਰ, ਤੁਸੀਂ ਆਪਣੀ ਲਕੀਰ ਲੰਬੀ ਕਰੋ, ਤੁਸੀਂ ਵੱਧ ਮਿਹਨਤ ਕਰੋ। ਹੁਣ ਜਿਵੇਂ ਇਹ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਹੋਇਆ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਜੇ ਉਹਨੇ 1300 ਬੰਦੇ ਨੂੰ ਅੰਮ੍ਰਿਤ ਛਕਾਇਆ ਨਾਲ ਇਕੱਠੇ ਹੋ ਕੇ, ਦੋ ਜਵਾਂ 1300 ਇਕੱਠੇ ਹੋ ਕੇ ਅੰਮ੍ਰਿਤ ਦੀ ਦਾਤ ਮਿਲੀ ਆ, ਆਨੰਦਪੁਰ ਸਾਹਿਬ ਦਾ ਰਾਹ ਦੇਖਿਆ ਉਹਨਾਂ ਨੇ, ਅਤੇ ਤੁਸੀਂ 1500 ਨੂੰ ਛਕਾਓ। ਬਿਲਕੁਲ, ਜੇ ਅੰਮ੍ਰਿਤਪਾਲ 4 ਵਜੇ ਉੱਠ ਕੇ ਬਾਣੀ ਪੜ੍ਹਦਾ ਬੰਦਗੀ ਕਰਦਾ ਤਾਂ 3 ਵਜੇ ਉੱਠ ਕੇ ਬਹਿ ਜਾਓ, ਜੇ ਉਹ 4-5 ਵਜੇ ਜਾ ਗੁਰੂ ਘਰ ਝਾੜੂ ਲਾਉਂਦਾ ਸੇਵਾ ਕਰਦਾ ਬਰਤਨਾਂ ਦੀ ਤਾਂ ਤੁਸੀਂ ਪਹਿਲਾਂ ਚਲੇ ਜਾਓ ਘੰਟਾ ਉਹਦੇ ਨਾਲ। ਬਿਲਕੁਲ, ਤੁਸੀਂ ਫਿਰ ਉਹ ਜਿਹਦੇ ਵਰਗੇ ਨਹੀਂ ਬਣਿਆ ਜਾਂਦਾ ਨਾ ਉਹਨੂੰ ਹੀ ਨੰਦਣਾ ਭੰਡਣਾ ਸ਼ੁਰੂ ਕਰ ਦਿੱਤਾ। ਹਾਂ, ਦਲਜੀਤ ਦਾ ਜਿਹੜਾ ਇੱਕ ਸਟੈਂਡ ਆ ਨਾ, ਸਟੈਂਡਰਡ ਆ ਨਾ ਉਹਦਾ, ਉਹ ਆ ਜਿਹੜੇ ਪੰਜਾਬੀ ਦੇ ਜਿੰਨੇ ਵੀ ਆਰਟਿਸਟ ਆ ਆਪਦੇ ਆਪ ਨੂੰ ਖੱਬੀ ਖਾਂ ਸਮਝਦੇ ਸਾਰਿਆਂ ਨੂੰ ਪਿੱਛੇ ਛੱਡਤਾ ਉਹਨੇ, ਅਤੇ ਅਫਵਾਹਾਂ ਬਣਦੀਆਂ ਹੁੰਦੀਆਂ, ਸਮਾਂ ਇਹਦਾ ਫੈਸਲਾ ਕਰੂਗਾ ਨਾ, ਆਉਣ ਵਾਲਾ ਸਮਾਂ ਫੈਸਲਾ ਕਰੂਗਾ ਵੀ ਹਾਂ ਉਹ ਕੀ ਆ। ਤੁਸੀਂ ਇਹ ਦੇਖੋ ਨਾ ਵੀ ਉਹਦੀ ਮਿਹਨਤ ਦੇਖੋ ਕਿੰਨੀ ਆ, ਫਾਈਨ ਟੂਨ ਕੰਪਨੀ ਤੋਂ ਸ਼ੁਰੂ ਹੋ ਕੇ ਕਿੱਥੋਂ ਤੋਂ ਕਿੱਥੇ ਪਹੁੰਚਿਆ, ਉਹਦੇ ਲਫ਼ਜ਼ ਸੁਣੋ, ਉਹਦਾ ਸੰਗੀਤ ਸੁਣੋ, ਉਹ ਕਿਹੜਾ ਵੀ
ਹਲਕੀ ਗੱਲ ਕਰ ਰਿਹਾ ਕੋਈ, ਵੱਡੀਆਂ ਗੱਲਾਂ ਕਰ ਰਿਹਾ, ਵੱਡੀ ਗੱਲ ਸੁਣਾ ਰਿਹਾ ਸਾਨੂੰ ਉਹ, ਤੇ ਉਹਦੀ ਸੋਚ ਨੂੰ ਸਮਝਣਾ ਚਾਹੀਦਾ। ਜੇ ਕੋਈ ਬੰਦਾ ਕਾਮਯਾਬ ਹੋ ਰਿਹਾ, ਸਾਡੀ ਦਸਤਾਰ ਨੂੰ ਪ੍ਰਮੋਟ ਕਰ ਰਿਹਾ, ਉਹਦੇ ਤੇ ਸਵਾਲ ਨਹੀਂ ਹੋਣੇ ਚਾਹੀਦੇ। ਉਹਦੇ ਤੇ ਸਵਾਲ ਕਿਉਂ? ਬਿਲਕੁਲ, ਮਤਲਬ ਹੋਰ ਕਿੰਨੇ ਹੋਏ ਨੇ ਇਹੋ ਜਿਹੇ ਜਿਹੜੇ ਤੁਸੀਂ ਗੱਲ ਕਰਦੇ ਹੋ, ਉਹ ਮਾਈਕਲ ਜੈਕਸਨ ਸੀ। ਜੇ ਆਪਾਂ ਉਹਦੀ ਗੱਲ ਉਧੇੜਨੀ ਸ਼ੁਰੂ ਕਰ ਦਈਏ, ਕਿਉਂਕਿ ਉਹਦੇ ਦਸਤਾਰ ਨਹੀਂ ਸਿਰ ਤੇ, ਅਸੀਂ ਉਹਦੇ ਤੇ ਸਵਾਲ ਨਹੀਂ ਚੱਕਣੇ, ਅਸੀਂ ਉਹਦੇ ਬਾਰੇ ਨਹੀਂ ਕਹਿਣਾ। ਉਹਦਾ ਕਿਹੋ ਜਿਹਾ ਜੀਵਨ ਸੀ ਆਪਾਂ ਦੇਖਿਆ ਹੈ ਨਾ, ਪੜ੍ਹਿਆ ਹੈ ਨਾ। ਮੈਂ ਬਹੁਤ ਛੋਟਾ ਜਿਹਾ ਚੰਡੀਗੜ੍ਹ ਪੜ੍ਹਦਾ ਸੀ, ਮੈਂ ਉਦੋਂ ਦੇਖਦਾ ਸੀ, ਪੜ੍ਹਦਾ ਸੀ ਉਹਨੂੰ ਨਵੇਂ ਨਵੇਂ 1992 'ਚ ਗਏ ਸੀ ਪੜ੍ਹਨ, ਅਤੇ ਉਸ ਵੇਲੇ ਉਹ ਪੂਰਾ ਸਿਖਰਾਂ 'ਤੇ ਸੀ, ਅਤੇ ਉਦੋਂ ਅਸੀਂ ਉਹਨੂੰ ਦੇਖਿਆ ਪੜ੍ਹਿਆ। ਆ ਮਡੋਨਾ ਵਰਗੇ ਕਿੰਨੇ ਹੋਏ ਆ। ਹਾਲਾਂਕਿ ਦਲਜੀਤ ਨੇ 1984 ਫਿਲਮ ਕੀਤੀ, ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ 'ਤੇ ਬਹੁਤ ਸਾਰੇ ਗੀਤ ਕੀਤੇ, ਪੰਜਾਬ ਨਾਲ ਜੁੜੇ, ਕਿਸਾਨੀ ਅੰਦੋਲਨ 'ਚ ਵੀ ਕਹਿੰਦੇ ਕਾਫੀ ਪੈਸਾ ਦਿੱਤਾ। ਵੀ ਦਲਜੀਤ ਆਪਣੇ ਵੱਲੋਂ ਜੁੜਿਆ ਹੋਇਆ ਪੰਜਾਬ ਨਾਲ, ਪਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰ। ਹੁਣ ਇਹ ਗੱਲਾਂ ਦੱਸੋ, ਇਹ ਗੱਲਾਂ ਕਿਉਂ ਨਹੀਂ ਲਿਆਉਂਦੇ ਸਾਹਮਣੇ? ਹਾਂ, ਪੋਜ਼ਿਟਿਵ ਪੱਖ ਕਿਉਂ ਨਹੀਂ ਆਉਂਦਾ ਸਾਹਮਣੇ? ਕਿਉਂਕਿ ਸਰਦਾਰ ਆ, ਸਰਦਾਰ ਦੀ ਨੈਗੇਟਿਵਿਟੀ ਚੱਕਣੀ ਹੈ, ਨਿਗਾਹ ਹੈ ਸਰਦਾਰ ਦੇ ਉੱਤੇ, ਮੀਡੀਆ ਦੀ ਵੀ ਨਿਗਾਹ, ਸਰਕਾਰ ਦੀ ਵੀ ਨਿਗਾਹ। ਕਦੋਂ ਇਹ ਛੋਟੀ ਜਿਹੀ ਵੀ ਭੁੱਲ ਕਰੇ ਜਾਂ ਛੋਟੀ ਜਿਹੀ ਵੀ ਗੱਲ ਨੂੰ ਇਹਦੇ ਨੂੰ ਮੁੱਦਾ ਬਣਾ ਕੇ ਲੋਕਾਂ ਦੇ ਵਿੱਚ ਇਹਨੂੰ ਆਪਾਂ ਪ੍ਰਚਾਰ ਕਰਕੇ ਇਹਨੂੰ ਆਪਾਂ ਇਹਦਾ ਅਕਸ ਖਰਾਬ ਕਰੀਏ। ਜਦੋਂ ਮਾੜਾ ਕੰਮ ਕਰੂਗਾ ਯਾਰ, ਜਦੋਂ ਗਲਤੀ ਕਰੂਗਾ, ਆਪਾਂ ਸਾਰੇ ਸਾਹਮਣੇ ਆ ਹੀ ਜਾਣੀ ਆ ਨਾ। ਬਿਲਕੁਲ, ਪਹਿਲਾਂ ਹੀ ਤੁਸੀਂ ਭਵਿੱਖਬਾਣੀਆਂ ਕਰਦੇ ਫਿਰੋਗੇ, ਜਦੋਂ ਐਂ ਕਰ ਰਿਹਾ ਉਹ ਐਂ ਕਰ ਰਿਹਾ, ਕਰਨ ਨੂੰ ਤਾਂ ਫਿਰ ਹੁਣ ਆ ਸਿਆਸਤਦਾਨਾਂ ਨੇ ਕਿੰਨਾ ਕੁਛ ਕਿਹਾ ਸੀ, ਕਿੰਨੇ ਆ ਗਏ, ਸੱਤਾ ਭੋਗ ਗਏ, ਆ ਤੀਜੀ ਸਰਕਾਰ ਬਣ ਗਈ ਆ। ਪਹਿਲੀ ਨੇ ਕਰਾਈ, ਦੂਜੀ ਨੇ ਇਨਸਾਫ਼ ਨਹੀਂ ਦਿੱਤਾ, ਸਰਕਾਰ ਨੇ ਬੇਅਦਬੀ ਦਾ, ਤੀਜੀ ਫੇਰ ਆ ਗਈ, ਉਹ ਵੀ ਇਨਸਾਫ਼ ਦੇ ਰਹੀ। ਇਹ ਗੱਲ ਕਿਉਂ ਨਹੀਂ ਹੁੰਦੀ? ਬਿਲਕੁਲ, ਵੀ ਸਿਆਸਤਦਾਨਾਂ ਦੇ ਉੱਤੇ ਕਿਉਂ ਨਹੀਂ ਗੱਲ ਕੀਤੀ ਜਾਂਦੀ? ਵੀ ਸਿਆਸਤਦਾਨ ਝੂਠੇ ਲਾ ਰਹੇ, ਝੂਠੇ ਵਾਅਦੇ ਕਰਕੇ ਆ ਜਾਂਦੇ ਸੱਤਾ 'ਚ, ਅਤੇ ਸਿਆਸਤਦਾਨਾਂ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਜਾਂਦਾ? ਸਾਡੇ ਸਰਦਾਰਾਂ ਨੂੰ ਕਿਉਂ ਕੀਤਾ ਜਾਂਦਾ? ਬਈ ਇੱਕ ਅਖੀਰਲਾ ਸਵਾਲ ਇਸ ਤੋਂ ਹਟ ਕੇ ਕਰ ਸਕਦਾ ਮੈਂ, ਇਹ ਸਾਈਨ ਸਮਝਦੇ ਹੋ ਤੁਸੀਂ? ਇਲੂਮੀਨਾਟੀ? ਹਾਂ, ਦਲਜੀਤ ਨਾਲ ਬੜਾ ਚੱਲਦਾ ਇਸ ਵਾਰ, ਨਸੀਬ ਤਾਂ ਦਲਜੀਤ ਆਹਮਣੇ ਸਾਹਮਣੇ ਹੋਏ ਨੇ। ਕਹਿੰਦੇ ਸਿੱਖ ਕੌਮ ਵੀ ਖਤਰੇ 'ਚ ਆ, ਜਿਸ ਤਰੀਕੇ ਦੇ ਨਾਲ ਦਲਜੀਤ ਇਹ ਸਾਈਨ ਨਾਲ, ਉਹ ਇਲੂਮੀਨਾਟੀਆਂ ਨਾਲ ਕਹਿੰਦੇ ਸੁਸਾਇਟੀ ਦੇ ਨਾਲ ਜੁੜ ਗਿਆ, ਕਹਿੰਦੇ ਮੈਂਬਰ ਬਣ ਗਿਆ, ਕਹਿੰਦੇ ਖਤਰਾ ਹੈ, ਕਹਿੰਦੇ ਆਉਣ ਵਾਲੇ ਸਮੇਂ ਦੇ ਲਈ। ਦੇਖੋ, ਜਿਹੜੇ ਮਾੜੇ ਲੋਕ ਉਹਨਾਂ ਲਈ ਖਤਰੇ ਹੋਣਗੇ। ਤੁਸੀਂ ਸੋਚ ਚੰਗੀ ਰੱਖੋ, ਵਿਚਾਰ ਸ਼ੁੱਧ ਰੱਖੋ, ਵਿਹਾਰ ਸ਼ੁੱਧ ਰੱਖੋ, ਪਰਮਾਰਥ ਸ਼ੁੱਧ ਹੋ ਜਾਊਗਾ। ਤੁਹਾਡਾ ਵਿਚਾਰ ਸ਼ੁੱਧ ਹੋਣਾ ਚਾਹੀਦਾ, ਤੁਹਾਡਾ ਵਿਚਾਰ ਉੱਚਾ ਹੋਣਾ ਚਾਹੀਦਾ, ਸਾਨੂੰ ਕੋਈ ਖਤਰਾ ਨਹੀਂ ਕਿਸੇ ਤੋਂ। ਇਹ ਤਾਂ ਇੱਕ ਡਰਾਉਣ ਦੀਆਂ ਗੱਲਾਂ ਨੇ, ਸਿੱਖਾਂ ਨੂੰ ਉਹੀ ਭਰਮ ਜਾਲ 'ਚ ਫਸਾਉਣ ਦੀਆਂ ਗੱਲਾਂ ਨੇ। ਮੈਂ ਪਹਿਲਾਂ ਦੱਸਿਆ, ਕਿਸੇ ਸਿਆਸੀ ਜਮਾਤਾਂ ਦੁਆਰਾ ਬਣਾਈਆਂ ਹੋਈਆਂ ਕੁਰਸੀਆਂ ਨੂੰ ਖਤਰਾ ਹੋ ਸਕਦਾ, ਗੁਰੂ ਵੱਲੋਂ ਬਣਾਈ ਹੋਈ ਕੌਮ ਨੂੰ ਕੋਈ ਖਤਰਾ ਨਹੀਂ। ਹਾਂ, ਚਿੰਤਾ ਦੀ ਲੋੜ ਨਹੀਂ, ਚਿੰਤਨ ਦੀ ਲੋੜ ਹੁੰਦੀ ਹੈ, ਹਮੇਸ਼ਾ ਚਿੰਤਨ ਕਰਨਾ ਚਾਹੀਦਾ। ਪਰ ਸਾਡੇ ਕੋਲ ਉਹ ਚਿੰਤਨ ਕਰਨ ਵਾਲੇ ਰੋਸ਼ਨ ਦਿਮਾਗ ਆਗੂ ਹੀ ਹੈ ਨਹੀਂ, ਜਿਹੜੇ ਬੈਠ ਕੇ ਮਸਲਿਆਂ ਦੇ ਹੱਲ ਦੇ ਲਈ ਹੱਲ ਕੱਢ ਸਕਣ। ਹੁਣ ਜਿਵੇਂ ਮੈਂ ਚਾਹੁੰਦਾ ਸੀ ਵੀ ਫਰੀਦਕੋਟ ਸੀਟ ਆ, ਉੱਥੇ ਵੀ ਸਿੱਖ ਸਾਡਾ ਭਰਾ ਖੜਾ ਸਰਬਜੀਤ ਸਿੰਘ ਵੱਲੋਂ, ਪੰਥਕ ਪਰਿਵਾਰ ਦਾ ਸਪੁੱਤਰ ਹੈ, ਉੱਥੇ ਅਕਾਲੀ ਦਲ ਦਾ ਵੀ ਕੈਂਡੀਡੇਟ ਨਾ ਹੁੰਦਾ, ਉੱਥੇ ਮਾਨ ਸਾਹਿਬ ਦਾ ਵੀ ਨਾ ਹੁੰਦਾ। ਪਰ ਕਿਸੇ ਨੇ ਇਹ ਗੱਲ ਬਹਿ ਕੇ ਕਰਨ ਲਈ ਯਤਨ ਹੀ ਨਹੀਂ ਕੀਤੇ, ਸੁਹਿਰਦ ਵੀ ਸਿਰ ਜੋੜੀਏ ਬੈਠੀਏ। ਖਡੂਰ ਸਾਹਿਬ ਤੋਂ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਚਾਹੀਦਾ ਸੀ ਜੇ ਅਕਾਲੀ ਦਲ ਸੱਚੀ ਮੁੱਚੀ ਪੰਥਕ ਸੀ, ਅਤੇ ਅਕਾਲੀ ਦਲ ਮਾਨ ਸਾਹਿਬ ਦੇ ਖਿਲਾਫ਼ ਵੀ ਨਾ ਕੈਂਡੀਡੇਟ ਉਤਾਰਦੇ। ਬਈ ਅਸੀਂ ਤਾਂ ਦਲਜੀਤ ਹੀ ਕਰਦੇ ਹਾਂ ਆਪਾਂ ਗੱਲ ਇੱਕ ਮਿੰਟ, ਜਿਵੇਂ ਹੁਣ ਦਲਜੀਤ ਦਾ ਕਹੀ ਜਾਂਦਾ ਕਿ ਨਸੀਬ ਕਹਿ ਰਿਹਾ ਕਿ ਜਿਸ ਤਰੀਕੇ ਦੇ ਨਾਲ ਦਲਜੀਤ ਚੱਲ ਰਿਹਾ, ਮੂਵ ਹੋ ਰਿਹਾ, ਵੱਡੇ ਵੱਡੇ ਸ਼ੋਅ ਲਾ ਰਿਹਾ, ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਅਜਿਹੇ ਸਟਾਰ ਸੀਗੇ ਜੋ ਇਲੂਮੀਨਾਟੀ ਨਾਲ ਜੁੜ ਗਏ, ਉਹਨਾਂ ਦਾ ਹਿੱਸਾ ਬਣ ਗਏ, ਉਹ ਸਟੇਜਾਂ ਦੇ ਉੱਤੇ ਕੱਪੜੇ ਲਾ ਲਾ ਕੇ ਨੱਚਦੇ ਨੇ। ਦੇਖੋ, ਉਹ ਪਰਫੋਰਮ ਤਾਂ ਕਰ ਰਿਹਾ ਨਾ ਯਾਰ, ਹੁਣ ਤੁਸੀਂ ਉਹ ਪੱਗ ਬੰਨ੍ਹ ਕੇ ਪਰਫੋਰਮ ਕਰ ਰਿਹਾ ਸਟੇਜ 'ਤੇ, ਤੁਸੀਂ ਇੱਕ ਨੈਗੇਟਿਵ ਪੱਖ ਨੂੰ ਚੱਕਣ ਦੀ ਬਜਾਏ ਇੱਕ ਪੋਜ਼ਿਟਿਵ ਪੱਖ ਕਿਉਂ ਨਹੀਂ ਦੇਖਿਆ ਜਾਂਦਾ? ਵੀ ਇੱਕ ਸਰਦਾਰ ਆ, ਜਿੱਥੇ ਉਹ ਕੋਈ ਪੰਜਾਬੀ ਹੋਰ ਗਿਆ ਨਹੀਂ, ਉੱਥੇ ਜਾ ਕੇ ਪਰਫੋਰਮ ਕਰ ਰਿਹਾ, ਉੱਥੇ ਜਾ ਕੇ ਪੰਜਾਬ ਦੀ ਦਸਤਾਰ ਦੀ ਗੱਲ ਕਰ ਰਿਹਾ। ਬਿਲਕੁਲ, ਅਤੇ ਪੋਜ਼ਿਟਿਵ ਪੱਖ ਤਾਂ ਇਹ ਵੀ ਹੈ ਨਾ, ਨੈਗੇਟਿਵਿਟੀ ਹੀ ਕਿਉਂ ਫੈਲਾਉਣੀ ਆਪਾਂ? ਨੈਗੇਟਿਵ ਗੱਲ ਹੀ ਆਪਾਂ ਚੂਜ ਐਂਡ ਪਿੱਕ ਵਾਲਾ ਮਸਲਾ ਫਿਰ ਆਪਣਾ, ਜੇ ਕੋਈ ਇਸ ਗੱਲ ਨੂੰ ਚੱਕ ਰਿਹਾ ਚੱਕੀ ਜਾਣ ਦਿਓ।
ਪਰ ਉੱਥੇ ਜਾ ਕੇ ਉਹ ਇਹ ਥੋੜ੍ਹੀ ਵੀ ਇਕੱਲਾ ਐਂ ਸਾਈਨ ਬਣਾ ਕੇ ਹਿੱਟ ਹੋ ਰਿਹਾ ਲੋਕਾਂ ਨੂੰ ਖੁਸ਼ ਕਰ ਰਿਹਾ, ਉੱਥੇ ਪਰਫਾਰਮ ਤਾਂ ਕਰ ਹੀ ਰਿਹਾ ਨਾ ਉਹ, ਲੋਕਾਂ ਦੀ ਗੱਲ ਤਾਂ ਕਰ ਰਿਹਾ ਨਾ, ਸਾਡੀ ਕਮਿਊਨਿਟੀ ਰੀਪ੍ਰਜੈਂਟ ਕਰ ਰਿਹਾ ਉਹ ਨਾ ਸਾਡੀ, ਕਿਤੇ ਉਹ ਇਹ ਥੋੜ੍ਹੀ ਵੀ ਵਾਲ ਖਿਲਾਰ ਕੇ ਬੈਠਾ ਉੱਥੇ ਜੇ ਨੰਗੇ ਸਿਰ ਗਾਈ ਜਾਂਦਾ, ਕਿਤੇ ਨਾ ਕਿਤੇ ਗੱਲ ਇਸ ਦਾ ਸਮਝਣ ਵਾਲੀ ਹੈ ਵੀ ਦਸਤਾਰ ਸਿਰ 'ਤੇ ਸਜਾ ਕੇ ਸੋਹਣੀ ਸਾਡੀ ਦਸਤਾਰ ਦੀ ਅਹਿਮੀਅਤ ਨੂੰ ਜਿੱਥੇ ਤੱਕ ਨਹੀਂ ਸੀ ਉੱਥੇ ਵੀ ਲੈ ਕੇ ਜਾ ਰਿਹਾ ਗੁਰੂਆਂ ਦੀ ਦਸਤਾਰ, ਮੈਨੂੰ ਨਹੀਂ ਲੱਗਦਾ ਉਹ, ਕਿਉਂਕਿ ਮੈਨੂੰ ਪਤਾ ਉਹ ਧਾਰਮਿਕ ਪ੍ਰਵਿਰਤੀ ਵਾਲਾ ਬੰਦਾ ਹੈ ਜੁੜਿਆ ਹੋਇਆ, ਹਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਹੋ ਜਿਹੇ ਤਾਂ ਅਫਵਾਹਾਂ ਨੇ। ਜਦੋਂ ਇਹ ਲੱਗੇ ਹੋਇਆ ਦਲਜੀਤ ਦੇ, ਇਹ ਸਾਡੇ ਪੰਜਾਬੀਆਂ ਨੂੰ ਇੱਕ ਬੜੀ ਬਿਮਾਰੀ ਆ ਇਹ ਆਰਟਿਸਟਾਂ ਨੂੰ ਖਾਸ ਤੌਰ 'ਤੇ, ਕਿ ਜਦੋਂ ਦੂਜੇ ਵਰਗਾ ਬਣਿਆ ਨਹੀਂ ਨਾ ਜਾਂਦਾ ਫਿਰ ਉਹ ਨਿੰਦਣਾ ਭੰਡਣਾ ਸ਼ੁਰੂ ਕਰ ਦਿੰਦੇ ਵੀ ਤੁਸੀਂ ਉਹਦੇ ਨਾਲ ਵਧੀਆ ਬਣੋ ਯਾਰ, ਤੁਸੀਂ ਆਪਣੀ ਲਕੀਰ ਲੰਬੀ ਕਰੋ, ਤੁਸੀਂ ਵੱਧ ਮਿਹਨਤ ਕਰੋ। ਹੁਣ ਜਿਵੇਂ ਇਹ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਹੋਇਆ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਜੇ ਉਹਨੇ 1300 ਬੰਦੇ ਨੂੰ ਅੰਮ੍ਰਿਤ ਛਕਾਇਆ ਨਾਲ ਇਕੱਠੇ ਹੋ ਕੇ, ਦੋ ਜਵਾਂ 1300 ਇਕੱਠੇ ਹੋ ਕੇ ਅੰਮ੍ਰਿਤ ਦੀ ਦਾਤ ਮਿਲੀ ਆ, ਆਨੰਦਪੁਰ ਸਾਹਿਬ ਦਾ ਰਾਹ ਦੇਖਿਆ ਉਹਨਾਂ ਨੇ, ਅਤੇ ਤੁਸੀਂ 1500 ਨੂੰ ਛਕਾਓ। ਬਿਲਕੁਲ, ਜੇ ਅੰਮ੍ਰਿਤਪਾਲ 4 ਵਜੇ ਉੱਠ ਕੇ ਬਾਣੀ ਪੜ੍ਹਦਾ ਬੰਦਗੀ ਕਰਦਾ ਤਾਂ 3 ਵਜੇ ਉੱਠ ਕੇ ਬਹਿ ਜਾਓ, ਜੇ ਉਹ 4-5 ਵਜੇ ਜਾ ਗੁਰੂ ਘਰ ਝਾੜੂ ਲਾਉਂਦਾ ਸੇਵਾ ਕਰਦਾ ਬਰਤਨਾਂ ਦੀ ਤਾਂ ਤੁਸੀਂ ਪਹਿਲਾਂ ਚਲੇ ਜਾਓ ਘੰਟਾ ਉਹਦੇ ਨਾਲ। ਬਿਲਕੁਲ, ਤੁਸੀਂ ਫਿਰ ਉਹ ਜਿਹਦੇ ਵਰਗੇ ਨਹੀਂ ਬਣਿਆ ਜਾਂਦਾ ਨਾ ਉਹਨੂੰ ਹੀ ਨਿੰਦਣਾ ਭੰਡਣਾ ਸ਼ੁਰੂ ਕਰ ਦਿੱਤਾ। ਹਾਂ, ਦਲਜੀਤ ਦਾ ਜਿਹੜਾ ਇੱਕ ਸਟੈਂਡ ਆ ਨਾ, ਸਟੈਂਡਰਡ ਆ ਨਾ ਉਹਦਾ, ਉਹ ਆ ਜਿਹੜੇ ਪੰਜਾਬੀ ਦੇ ਜਿੰਨੇ ਵੀ ਆਰਟਿਸਟ ਆ ਆਪਦੇ ਆਪ ਨੂੰ ਖੱਬੀ ਖਾਂ ਸਮਝਦੇ ਸਾਰਿਆਂ ਨੂੰ ਪਿੱਛੇ ਛੱਡਤਾ ਉਹਨੇ, ਅਤੇ ਅਫਵਾਹਾਂ ਬਣਦੀਆਂ ਹੁੰਦੀਆਂ, ਸਮਾਂ ਇਹਦਾ ਫੈਸਲਾ ਕਰੂਗਾ ਨਾ, ਆਉਣ ਵਾਲਾ ਸਮਾਂ ਫੈਸਲਾ ਕਰੂਗਾ ਵੀ ਹਾਂ ਕੀ ਆ। ਤੁਸੀਂ ਇਹ ਦੇਖੋ ਨਾ ਵੀ ਉਹਦੀ ਮਿਹਨਤ ਦੇਖੋ ਕਿੰਨੀ ਆ, ਫਾਈਨਟੋਨ ਕੰਪਨੀ ਤੋਂ ਸ਼ੁਰੂ ਹੋ ਕੇ ਕਿੱਥੋਂ ਤੋਂ ਕਿੱਥੇ ਪਹੁੰਚਿਆ ਉਹਦਾ, ਉਹਦੇ ਲਫ਼ਜ਼ ਸੁਣੋ, ਉਹਦਾ ਸੰਗੀਤ ਸੁਣੋ, ਉਹ ਕਿਹੜਾ ਵੀ ਹਲਕੀ ਗੱਲ ਕਰ ਰਿਹਾ, ਕੋਈ ਵੱਡੀਆਂ ਗੱਲਾਂ ਕਰ ਰਿਹਾ, ਵੱਡੀ ਗੱਲ ਸੁਣਾ ਰਿਹਾ ਸਾਨੂੰ ਉਹ, ਅਤੇ ਉਹਦੀ ਸੋਚ ਨੂੰ ਸਮਝਣਾ ਚਾਹੀਦਾ। ਜੇ ਕੋਈ ਬੰਦਾ ਕਾਮਯਾਬ ਹੋ ਰਿਹਾ ਸਾਡੀ ਦਸਤਾਰ ਨੂੰ ਪ੍ਰਮੋਟ ਕਰ ਰਿਹਾ, ਉਹਦੇ 'ਤੇ ਸਵਾਲ ਨਹੀਂ ਹੋਣੇ ਚਾਹੀਦੇ, ਉਹਦੇ 'ਤੇ ਸਵਾਲ ਕਿਉਂ? ਬਿਲਕੁਲ, ਮਤਲਬ ਹੋਰ ਕਿੰਨੇ ਹੋਏ ਨੇ ਇਹੋ ਜਿਹੇ ਜਿਹੜੇ ਤੁਸੀਂ ਗੱਲ ਕਰਦੇ ਹੋ, ਉਹ ਮਾਈਕਲ ਜੈਕਸਨ ਸੀ, ਜੇ ਆਪਾਂ ਉਹਦੀ ਗੱਲ ਉਧੇੜਨੀ ਸ਼ੁਰੂ ਕਰ ਦਈਏ, ਕਿਉਂਕਿ ਉਹਦੇ ਦਸਤਾਰ ਨਹੀਂ ਸਿਰ 'ਤੇ, ਅਸੀਂ ਉਹਦੇ 'ਤੇ ਸਵਾਲ ਨਹੀਂ ਚੱਕਣੇ, ਅਸੀਂ ਉਹਦੇ ਬਾਰੇ ਨਹੀਂ ਕਹਿਣਾ ਉਹਦਾ ਕਿਹੋ ਜਿਹਾ ਜੀਵਨ ਸੀ ਆਪਾਂ ਦੇਖਿਆ ਹੈ ਨਾ, ਪੜ੍ਹਿਆ ਹੈ ਨਾ। ਮੈਂ ਤਾਂ ਬਹੁਤ ਛੋਟਾ ਜਿਹਾ ਚੰਡੀਗੜ੍ਹ ਪੜ੍ਹਦਾ ਸੀ, ਮੈਂ ਉਦੋਂ ਦੇਖਦਾ ਸੀ, ਪੜ੍ਹਦਾ ਸੀ ਉਹਨੂੰ ਨਵੇਂ 1992 'ਚ ਗਏ ਸੀ ਪੜ੍ਹਨ, ਅਤੇ ਉਸ ਵੇਲੇ ਉਹ ਪੂਰਾ ਸਿਖਰਾਂ 'ਤੇ ਸੀ, ਅਤੇ ਉਦੋਂ ਅਸੀਂ ਉਹਨੂੰ ਦੇਖਿਆ ਪੜ੍ਹਿਆ। ਆ ਮਡੋਨਾ ਵਰਗੇ ਕਿੰਨੇ ਹੋਏ ਆ। ਹਾਲਾਂਕਿ ਦਲਜੀਤ ਨੇ 1984 ਫਿਲਮ ਕੀਤੀ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ 'ਤੇ, ਬਹੁਤ ਸਾਰੇ ਗੀਤ ਕੀਤੇ ਪੰਜਾਬ ਨਾਲ ਜੁੜੇ, ਕਿਸਾਨੀ ਅੰਦੋਲਨ 'ਚ ਵੀ ਕਹਿੰਦੇ ਕਾਫੀ ਪੈਸਾ ਦਿੱਤਾ। ਵੀ ਦਲਜੀਤ ਆਪਣੇ ਵੱਲੋਂ ਜੁੜਿਆ ਹੋਇਆ ਪੰਜਾਬ ਨਾਲ, ਪਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰ। ਹੁਣ ਇਹ ਗੱਲਾਂ ਦੱਸੋ, ਇਹ ਗੱਲਾਂ ਕਿਉਂ ਨਹੀਂ ਲਿਆਉਂਦੇ ਸਾਹਮਣੇ? ਹਾਂ, ਪੋਜ਼ਿਟਿਵ ਪੱਖ ਕਿਉਂ ਨਹੀਂ ਆਉਂਦਾ ਸਾਹਮਣੇ? ਕਿਉਂਕਿ ਸਰਦਾਰ ਆ, ਸਰਦਾਰ ਦੀ ਨੈਗੇਟਿਵਿਟੀ ਚੱਕਣੀ ਹੈ, ਨਿਗਾਹ ਹੈ ਸਰਦਾਰ ਦੇ ਉੱਤੇ, ਮੀਡੀਆ ਦੀ ਵੀ ਨਿਗਾਹ, ਸਰਕਾਰ ਦੀ ਵੀ ਨਿਗਾਹ। ਕਦੋਂ ਇਹ ਛੋਟੀ ਜਿਹੀ ਵੀ ਭੁੱਲ ਕਰੇ ਜਾਂ ਛੋਟੀ ਜਿਹੀ ਵੀ ਗੱਲ ਨੂੰ ਇਹਨੂੰ ਮੁੱਦਾ ਬਣਾ ਕੇ ਲੋਕਾਂ ਦੇ ਵਿੱਚ ਇਹਨੂੰ ਆਪਾਂ ਪ੍ਰਚਾਰ ਕਰਕੇ ਇਹਨੂੰ ਆਪਾਂ ਇਹਦਾ ਅਕਸ ਖਰਾਬ ਕਰੀਏ। ਜਦੋਂ ਮਾੜਾ ਕੰਮ ਕਰੂਗਾ ਯਾਰ, ਜਦੋਂ ਗਲਤੀ ਕਰੂਗਾ, ਆਪਾਂ ਸਾਰੇ ਸਾਹਮਣੇ ਆ ਹੀ ਜਾਣੀ ਆ ਨਾ। ਬਿਲਕੁਲ, ਪਹਿਲਾਂ ਹੀ ਤੁਸੀਂ ਭਵਿੱਖਬਾਣੀਆਂ ਕਰਦੇ ਫਿਰੋ ਕਿ ਜਦੋਂ ਐਂ ਕਰ ਰਿਹਾ ਉਹ ਐਂ ਕਰ ਰਿਹਾ, ਕਰਨ ਨੂੰ ਤਾਂ ਫਿਰ ਹੁਣ ਸਿਆਸਤਦਾਨਾਂ ਨੇ ਕਿੰਨਾ ਕੁਛ ਕਿਹਾ ਸੀ, ਕਿੰਨੇ ਆ ਗਏ ਸੱਤਾ ਭੋਗ ਗਏ, ਆ ਤੀਜੀ ਸਰਕਾਰ ਬਣ ਗਈ ਆ। ਪਹਿਲੀ ਨੇ ਕਰਾਈ, ਦੂਜੀ ਨੇ ਇਨਸਾਫ਼ ਨਹੀਂ ਦਿੱਤਾ, ਸਰਕਾਰ ਨੇ ਬੇਅਦਬੀ ਦਾ, ਤੀਜੀ ਫਿਰ ਆ ਗਈ, ਉਹ ਵੀ ਇਨਸਾਫ਼ ਦੇ ਰਹੀ, ਇਹ ਗੱਲ ਕਿਉਂ ਨਹੀਂ ਹੁੰਦੀ? ਬਿਲਕੁਲ, ਵੀ ਸਿਆਸਤਦਾਨਾਂ ਦੇ ਉੱਤੇ ਕਿਉਂ ਨਹੀਂ ਗੱਲ ਕੀਤੀ ਜਾਂਦੀ? ਵੀ ਸਿਆਸਤਦਾਨ ਝੂਠੇ ਲਾ ਰਹੇ, ਝੂਠੇ ਵਾਅਦੇ ਕਰਕੇ ਆ ਜਾਂਦੇ ਸੱਤਾ 'ਚ, ਅਤੇ ਸਿਆਸਤਦਾਨਾਂ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਜਾਂਦਾ? ਬਿਲਕੁਲ, ਸਾਡੇ ਸਰਦਾਰਾਂ ਨੂੰ ਕਿਉਂ ਕੀਤਾ ਜਾਂਦਾ? ਜੀ, ਬਹੁਤ ਸ਼ੁਕਰੀਆ ਬਾਈ, ਸਮਾਂ ਦਿੱਤਾ, ਬਹੁਤ ਚੰਗਾ ਲੱਗਿਆ। ਅਤੇ ਬਾਈ ਸਾਡੇ ਨਾਲ ਸੀਗੇ, ਗੱਲਬਾਤ ਕਰ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਤਿਆਰੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਚੱਲ ਰਹੀ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ, ਧੰਨਵਾਦ।